ਸਾਨੂੰ 70 75 ਸਾਲ ਹੋ ਗਏ ਨਾ ਪਾਰਟੀਆਂ ਦੇਖਦਿਆਂ ਨੂੰ ਇਹ ਵਾਅਦੇ ਕਰਦੇ ਆ ਤਾਂ ਕਦੇ ਕੋਈ ਪੂਰਾ ਨਹੀਂ ਕੀਤਾ ਤੇ ਅਸੀਂ ਦਿੱਲੀ ਦੇ ਵਿੱਚ ਜਾ ਕੇ ਆ ਕਿਸਾਨ ਕਿਸਾਨ ਦੇ ਮੋਰਚੇ 'ਚ ਦੇਖਿਆ ਉੱਥੇ ਦਿੱਲੀ 'ਚ ਬਹੁਤ ਵਧੀਆ ਕੰਮ ਕੀਤੇ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੂੰ ਵੀ ਸੁਣਿਆ ਉੱਥੇ ਕਿਸਾਨਾਂ ਦਾ ਵੀ ਸਹਿਯੋਗ ਦਿੱਤਾ ਨਹੀਂ ਉਹ ਰਾਜ ਨੂੰ ਕਨੈਕਸ਼ਨ ਕੱਟ ਜਾਂਦੇ ਸੀ ਭਾਜਪਾ ਵਾਲੇ ਅਤੇ ਇਹ ਨਾਲ ਹੋ ਕੇ ਲਾਉਂਦੇ ਰਹੇ ਉੱਥੇ ਅਤੇ ਅਸੀਂ ਤਾਂ ਕਿ ਆਮ ਆਦਮੀ ਪਾਰਟੀ ਨੂੰ ਵੋਟ ਦੇਵਾਂਗੇ ਅਤੇ 5 ਸਾਲ ਇਹਨੂੰ ਦੇਖਾਂਗੇ ਜੇ ਵਧੀਆ ਕੰਮ ਕਰੂਗੀ ਤਾਂ ਫਿਰ ਹਮੇਸ਼ਾ ਲਈ ਇਹਦੇ ਨਾਲ ਕੀ ਨਾਮ ਹੈ ਭਾਜੀ ਬਰਿੰਦਰ ਸਿੰਘ ਭਾਜੀ ਬਰਿੰਦਰ ਜੀ ਕਿਸ ਪਾਰਟੀ ਨੂੰ ਵੋਟ ਦੇ ਰਹੇ ਹੋ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਦੇ ਰਹੇ ਹਾਂ ਜੀ ਕੀ ਕਾਰਨ ਹੈ ਜੀ ਕਾਰਨ ਜੀ ਕੋਈ ਪਹਿਲਾਂ ਵਿਕਾਸ ਹੋਇਆ ਨਹੀਂ ਉਹ ਪਹਿਲੀਆਂ ਪਾਰਟੀਆਂ ਜਿਹੜੀਆਂ ਆਈਆਂ ਉਹਨੇ ਕੁਝ ਨਹੀਂ ਕੀਤਾ ਇਸ ਕਰਕੇ ਅਸੀਂ ਐਤਕੀ ਅੱਗੇ ਵੀ ਮੈਂ ਤਾਂ ਆਮ ਆਦਮੀ ਨੂੰ ਵੀ ਪਾਉਣਾ ਪਹਿਲੇ ਸਾਲਾਂ 'ਚ ਵੀ ਚਲੋ ਲੱਗਦਾ ਕਿ ਕੇਜਰੀਵਾਲ ਜੋ ਕਹਿੰਦੇ ਆ ਕਰਕੇ ਦਿਖਾਉਣਗੇ ਹਾਂਜੀ ਹਾਂਜੀ ਕਰਕੇ ਦਿਖਾਉਣਗੇ ਕਮਲਜੀਤ ਕੌਰ ਸਰ ਇਸ ਵਾਰ ਆਮ ਆਦਮੀ ਪਾਰਟੀ ਸਰ ਸਾਡੇ ਕੁਛ ਰੁਕੇ ਕੰਮ ਪਿੱਛੇ ਹੋਏ ਨਹੀਂ ਹੈਗੇ ਉਹ ਹੁਣ ਅਸੀਂ ਇਸ ਪਾਰਟੀ ਦਾ ਕਰਵਾਉਣੇ ਆ ਸਰ ਉਮੀਦ ਕਰਕੇ ਪਿੱਛੇ ਤੁਰੇ ਹਾਂ ਅਸੀਂ ਹੁਣ ਪਿਛਲੀਆਂ ਸਰਕਾਰਾਂ ਛੱਡ ਕੇ